ਪੰਜਾਬ ਦੀ ਸ਼ਾਂਤੀ ਲਈ ਮਰ ਮਿਟਾਉਂਦੇ ਸਰਦਾਰ ਵੀਰ ਸਿੰਘ ਜਨਰਲ ਸ੍ਰੀ ਜਨਰਲ ਉਧਰ ਵਿਦਿਆ ਸ਼੍ਰੀਮਤੀ ਇੰਦਰਾ ਗਾਂਧੀ ਦੇ ਸ਼ਾਂਤੀ ਆਤਮਾ ਦੀ ਸ਼ਾਂਤੀ ਦੇ ਲਈ ਅੱਜ ਹਵਨ ਜਗ ਰੱਖਿਆ ਗਿਆ ਸੀ। ਦੂਜਾ ਸਾਰੇ ਹੀ ਪੰਜਾਬ ਦੇ ਹਿੰਦੂ ਸੰਗਠਨਾਂ ਵੱਲੋਂ ਅੱਜ 6 ਜੂਨ ਦੇ ਦਿਹਾੜੇ ਨੂੰ ਸ਼ੌਰਿਆ ਦਿਵਸ ਦੇ ਰੂਪ ਦੇ ਵਿੱਚ ਮਨਾਇਆ ਜਾਂਦਾ ਹੈ। ਕਿਉਂ ਮਨਾਇਆ ਜਾਂਦਾ ਹੈ ਕਿ ਅੱਜ ਭਾਰਤੀ ਫੌਜ ਨੇ ਪੰਜਾਬ ਪੁਲਿਸ ਨੇ ਬੜੀ ਮੁਸੱਦਤ ਕਰਕੇ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਪੰਜਾਬ ਦੀ ਧਰਤੀ ਨੂੰ ਅੱਤਵਾਦ ਤੋਂ ਮੁਕਤ ਕੀਤਾ ਸੀਗਾ। ਅਸੀਂ ਜਦੋਂ ਅੱਜ ਸਿੱਖਣਾ ਪੰਜਾਬ ਵੱਲੋਂ ਅਸੀਂ ਹਵਨ ਕਰਕੇ ਆਪਣੇ ਘਰਾਂ ਚਲੇ ਗਏ, ਸਾਡੇ ਜਿਹੜੇ ਬੈਨਰ ਲੱਗੇ ਸੀਗੇ ਮੇਨ ਸਾਡੇ ਸਿੱਖ ਸ਼ਰਧਾਂਜਲੀ ਵਾਸਤੇ ਸੀ, ਜਿਹੜੇ ਹੋਰਡਿੰਗ ਲਾਏ ਸੀਗੇ, ਕੁਛ ਦੇਰ ਬਾਅਦ ਕੁਛ ਅਗਿਆਤ ਹਥਿਆਰਬੰਦ ਨਿਹੰਗਾਂ ਦੁਆਰਾ ਸਰੇਆਮ ਥੋੜ੍ਹੇ ਬਾਜ਼ਾਰ ਦੇ ਅੰਦਰ ਰੰਗੀਆਂ ਕਿਰਪਾਨਾਂ ਦਾਤ ਲੈ ਕੇ ਉਹ ਪੋਸਟਰ ਫੜਿਆ ਗਿਆ ਅਤੇ ਖਾਲਿਸਤਾਨ ਦੇ ਡਰ ਗਏ ਲਾਏ ਗਏ ਅਤੇ ਕਿਰਪਾਨਾਂ ਲਹਿਰਾਈਆਂ ਗਈਆਂ, ਜਿਸ ਨੂੰ ਲੈ ਕੇ ਬਾਜ਼ਾਰ ਵਿੱਚ ਰੋਲਾ ਪੈ ਗਿਆ ਅਤੇ ਸਾਰੇ ਹਿੰਦੂ ਸੰਗਠਨਾਂ ਨੇ ਉੱਥੇ ਪਹੁੰਚ ਕੇ ਆਪਣਾ ਰੋਸ ਜ਼ਾਹਰ ਕੀਤਾ ਅਤੇ ਰੋਸ ਦੇ ਵਿੱਚ ਬਾਜ਼ਾਰ ਦੇ ਲੋਕਾਂ ਨੇ ਦੁਕਾਨਾਂ ਬੰਦ ਕਰ ਦਿੱਤੀਆਂ। ਉਸ ਤੋਂ ਬਾਅਦ ਫਿਰ ਲੋਕ ਉਸ ਤੋਂ ਆਏ ਅਤੇ ਉਸ ਤੋਂ ਬਾਅਦ ਹਿੰਦੂ ਸੰਗਠਨਾਂ ਨੇ ਇਕੱਠੇ ਹੋ ਕੇ ਇਹਨਾਂ ਦੇ ਲੋਕਾਂ ਨੂੰ ਭਜਾਇਆ ਅਤੇ ਵਿੱਚੋਂ ਇੱਕ ਬੰਦਾ ਫੜ ਕੇ ਪੁਲਿਸ ਦੇ ਹਵਾਲੇ ਵੀ ਕੀਤਾ। ਉਸ ਤੋਂ ਬਾਅਦ ਫਿਰ ਇਹ ਲੋਕ ਕਿਰਪਾਨਾਂ ਲੈ ਕੇ 60-70 ਬੰਦੇ ਲੋਕ ਜਿਹੜੇ ਕਿ ਲੁਧਿਆਣੇ ਸ਼ਹਿਰ ਦੇ ਨਹੀਂ ਬਾਹਰੋਂ ਆਏ ਨੇ, ਉਹਨਾਂ ਲੋਕਾਂ ਨੇ ਆ ਕੇ ਸਰੇਆਮ ਸਾਡੇ ਸ਼ੋਭੇ ਮੰਦਰ ਦੇ ਬਾਹਰ ਆ ਕੇ ਨਾਅਰੇਬਾਜ਼ੀ ਕੀਤੀ ਹੈ, ਕਿਉਂਕਿ ਅਸੀਂ ਸਖ਼ਤ ਤੋਂ ਸਖ਼ਤ ਨਿੰਦਾ ਕਰਦੇ ਹਾਂ ਅਤੇ ਪ੍ਰਸ਼ਾਸਨ ਨੂੰ ਅਤੇ ਉਹਨਾਂ ਨੂੰ ਚੇਤਾਵਨੀ ਦਿੰਦੇ ਹਾਂ ਕਿ ਇਹਨਾਂ ਦੇ ਖਿਲਾਫ਼ ਅਗਰ ਸਖ਼ਤ ਤੋਂ ਸਖ਼ਤ ਕਾਰਵਾਈ ਨਾ ਕੀਤੀ ਗਈ ਤਾਂ ਪੂਰਾ ਹਿੰਦੂ ਸਮਾਜ ਪੰਜਾਬ ਦਾ ਇਕੱਠਾ ਹੋ ਕੇ ਸ਼ਵਾਲੇ ਦੇ ਹਿੰਦੂ ਪ੍ਰਸ਼ਾਸਨ ਲਾਏਗਾ ਅਤੇ ਉਹਦੀ ਜ਼ਿੰਮੇਦਾਰੀ ਜਿਹੜਾ ਮਾਹੌਲ ਪੈਦਾ ਹੋਊਗਾ ਪੰਜਾਬ ਦੇ ਵਿੱਚ ਉਹਦੀ ਜ਼ਿੰਮੇਦਾਰੀ ਪੰਜਾਬ ਸਰਕਾਰ ਦੀ ਹੋਊਗੀ ਅਤੇ ਸਾਡੇ ਜ਼ਿਲ੍ਹਾ ਪ੍ਰਸ਼ਾਸਨ ਸਰ ਇਹ ਵੀ ਸ਼ਿਵਸੈਨਾ ਪੰਜਾਬ ਵੱਲੋਂ ਹੋਰ ਹਿੰਦੂ ਸੰਗਠਨਾਂ ਵੱਲੋਂ ਵੀ ਅੱਜ ਪੰਜਾਬ ਦੀ ਸ਼ਾਂਤੀ ਦੇ ਲਈ ਸਭ ਨੇ ਆਪਣੇ ਆਪਣੇ ਤੋਰ ਦੇ ਉੱਤੇ ਅਲੱਗ ਅਲੱਗ ਭੰਗਵਾ ਮਾਰਚ ਕੱਢੇ ਆ। ਅਸੀਂ ਇੱਕ ਗੱਲ ਸਪਸ਼ਟ ਕਹਿ ਦੇਣਾ ਚਾਹੁੰਦੇ ਹਾਂ, ਵਿਦੇਸ਼ਾਂ 'ਚ ਬੈਠੇ ਨੇ ਜਿਹੜੇ ਕੱਟੜਵਾਦੀ ਅੱਤਵਾਦੀ ਲੋਕ ਬੈਠੇ ਨੇ ਪੰਜਾਬ ਨੂੰ ਹਿੰਦੁਸਤਾਨ 'ਚੋਂ ਅਲੱਗ ਕਰਨ ਦੀ ਗੱਲ ਕਰਦੇ ਨੇ, 2020 ਫ੍ਰੀਡਮ ਦੀ ਗੱਲ ਕਰਦੇ ਨੇ, ਵੀ ਪੰਜਾਬ ਦੇ ਲੋਕਾਂ ਨੂੰ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਉਹਨਾਂ ਦੇ ਬਹਿਕਾਵੇ 'ਚ ਨਾ ਉਹ ਤਾਂ ਖੁਦ ਲੋਕ ਪੰਜਾਬ ਨੂੰ ਛੱਡ ਕੇ ਵਿਦੇਸ਼ਾਂ 'ਚ ਬੈਠ ਕੇ ਆਪਣੇ ਡਾਲਰ ਕਮਾ ਰਹੇ ਨੇ, ਐਸ਼ ਕਰ ਰਹੇ ਨੇ, ਐਸ਼ ਤੁਸੀਂ ਉਹਨਾਂ ਤੋਂ ਭੀਖ ਲੈ ਕੇ ਪੰਜਾਬ ਦਾ ਮਾਹੌਲ ਖਰਾਬ ਕਰੋ, ਆਪਣੇ ਬੱਚੇ ਨਾ ਮਰਵਾਓ, ਨਾ ਹਿੰਦੂ ਸਮਾਜ ਦੇ ਲੋਕ ਮਰਵਾਓ, ਨਾ ਹੀ ਸਿੱਖ ਸਮਾਜ ਦੇ ਲੋਕ ਮਰਵਾਓ। ਸਾਡੀ ਚੇਤਾਵਨੀ ਹੈ ਕੱਟੜਵਾਦੀਆਂ ਨੂੰ ਜਿਹੜੇ ਬੈਠੇ ਨੇ ਵਿਦੇਸ਼ਾਂ 'ਚ ਬੈਠੇ ਨੇ, ਜਿਹੜੇ ਪੈਸੇ ਦੇ ਕੇ ਫੇਸਬੁੱਕ ਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਆ ਕੇ ਆਤੰਕਵਾਦੀਆਂ ਨੂੰ ਹੀਰੋ ਬਣਾ ਕੇ ਪੇਸ਼ ਸੋਸ਼ਲ ਸਾਈਟਾਂ ਬਣਾ ਰਹੇ ਨੇ, ਅਸੀਂ ਚੇਤਾਵਨੀ ਦੇਣਾ ਚਾਹੁੰਦੇ ਸਰਕਾਰਾਂ ਨੂੰ ਵੀ ਇਹਨਾਂ 'ਤੇ ਪਾਬੰਦੀ ਲਾਈ ਜਾਵੇ ਅਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜਿਹੜੇ ਨਰਿੰਦਰ ਮੋਦੀ ਜੀ ਨੇ ਅੱਤਵਾਦ ਦੇ ਖਿਲਾਫ਼ ਨੇ, ਜਿਹੜੇ ਪੰਜਾਬ ਦੇ ਮੁੱਖ ਮੰਤਰੀ ਨੇ ਕੈਪਟਨ ਅਮਰਿੰਦਰ ਸਿੰਘ ਜੀ ਉਹ ਵੀ ਅੱਤਵਾਦ ਦੇ ਖਿਲਾਫ਼ ਨੇ, ਦੁਨੀਆ ਦੇ ਸਾਰੇ ਦੇਸ਼ ਇਸ ਵਕਤ ਇੱਕੋ ਚਿੰਤਾ ਦਾ ਵਿਸ਼ਾ ਵੀ ਦੁਨੀਆ ਦੇ ਵਿੱਚੋਂ ਅੱਤਵਾਦ ਦਾ ਨਾਮੋ ਨਿਸ਼ਾਨ ਖਤਮ ਕੀਤਾ ਜਾਵੇ, ਪਰ ਵਿਦੇਸ਼ਾਂ 'ਚ ਬੈਠੇ ਲੋਕ ਜਿਹੜੇ ਸਾਡੇ ਪੰਜਾਬ ਦੇ ਵੀ ਕੁਛ ਕੱਟੜਵਾਦੀ ਨੇ ਜਿਹੜੇ ਉਹਨਾਂ ਦੇ ਪੈਸੇ ਦੇ ਇਸ਼ਾਰਾ ਤੇ ਖੇਲਦੇ ਨੇ, ਉਹਨਾਂ ਨੂੰ ਸਾਡੀ ਚੇਤਾਵਨੀ ਹੈ ਕਿ ਇਹ ਖੇਲ ਖੇਲਣਾ ਬੰਦ ਕਰ ਦਿਓ। 1980 ਤੋਂ ਲੈ ਕੇ 1982 ਤੱਕ ਪੰਜਾਬ ਨੇ ਬੜਾ ਤਰੱਕੀ ਲਿਆ, ਬੜੇ ਕਤਲੇਆਮ ਦੇਖੇ ਨੇ, ਬੜਾ ਮਰਦਾ ਦੇਖਿਆ ਸੀ, ਲੋਕਾਂ ਨੇ ਲਾਸ਼ਾਂ ਢੋਈਆਂ ਆਪਣੇ ਮੁੰਡਿਆਂ ਦੇ ਉੱਤੇ। ਸਾਡੀ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਆ ਮਾਂ ਪਿਓ ਨੂੰ ਕਿ ਬਿਲਕੁਲ ਆਪਣੇ ਬੱਚਿਆਂ ਉੱਤੇ ਨੱਥ ਪਾਓ ਤਾਂ ਕਿ ਉਹ ਗਲਤ ਰਾਹ ਦੇ ਉੱਤੇ ਨਾ ਚੱਲਣ। ਜੈ ਹਿੰਦ ਜੈ ਖਰਾਬ ਕੀ।